YouTube ਚੈਨਲ C5 ਤੋਂ ਮੈਂ ਤੁਹਾਡਾ ਆਪਣਾ ਅਤੇਂਦਰਪਾਲ ਸਿੰਘ ਖਾਲਸਤਾਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਰੇ ਮੂਰਸ਼ਕਾਂ ਦਾ ਸਵਾਗਤ ਕਰਦਾ ਹਾਂ YouTube ਚੈਨਲ C5 ਤੇ ਕੱਲ ਰਾਤ ਨੂੰ 9:00 ਵਜੇ ਤੋਂ ਬਾਅਦ ਪਟਿਆਲਾ ਵਿਖੇ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਪਟਿਆਲਾ ਦੇ ਸਰੋਵਰ ਦੇ ਨੇੜੇ ਇੱਕ ਔਰਤ ਜਿਹੜੀ ਕਿ 30 ਤੋਂ 35 ਸਾਲ ਦੇ ਦਰਮਿਆਨ ਇਛਾ ਜੋਵੇਂ ਉਹਦਾ ਆਧਾਰ ਕਾਰਡ ਦੱਸਦਾ ਪਰਵਿੰਦਰ ਕੋਰ ਜਿਹੜੀ ਕਿ ਜੀਰਖਪੁਰ ਤੋਂ ਆਈ ਸੀ ਦੱਸੀ ਜਾ ਰਹੀ ਹੈ ਤੇ ਦੂਖ ਨਿਵਾਰਣ ਸਾਹਿਬ ਸਰੋਵਰ ਦੇ ਨੇੜੇ ਪਉਏ ਦੀ ਬੋਤਲ ਹਾਥੇ ਚ ਲੈ ਕੇ ਸਿੱਧੀ ਸ਼ਰਾਬ ਪੀ ਰਹੀ ਸੀ ਜਿਸ ਵੇਲੇ ਉਹਨੂੰ ਸੇਵਾਦਾਰ ਨੇ ਮਨਾ ਕੀਤਾ ਤੇ ਉਹਨੇ ਬੋਤਲ ਤੋੜ ਕੇ ਸੇਵਾਦਾਰ ਤੇ ਅਟੈਕ ਕੀਤਾ ਸੇਵਾਦਾਰ ਤੇ ਅਟੈਕ ਕਰਨ ਤੋਂ ਬਾਅਦ ਉਹ ਉਸ ਨਾਲ ਲੜੀ ਤੇ ਫੇਰ ਹੋਰ ਔਰਤਾਂ ਨੇ ਉਹਨੂੰ ਫੜਿਆ ਫੜਨ ਤੋਂ ਬਾਅਦ ਜਿਸ ਵੇਲੇ ਉਹਨੂੰ ਮੈਨੇਜਰ ਦੇ ਕਮਰੇ ਲੈ ਕੇ ਗਏ ਤੇ ਪੂਰੇ ਦੂਖ ਨਿਵਾਰਨ ਸਾਹਿਬ ਵਿੱਚ ਉਸ ਵੇਲੇ ਜਿਹੜੇ ਰੋਜ਼ਾਨਾ ਵਾਲੇ ਸਰਦਾਲੂ ਸੇਵਾਕਰਨ ਆਂਦੇ ਨੇ ਫਰਸ਼ ਤੋਂ ਆਂਦੇ ਨੇ ਢਾਲੂ ਮਾਰ ਆਂਦੇ ਨੇ ਅੰਦਰਲੀ ਸਫਾਈ ਕਰਨ ਆਂਦੇ ਨੇ ਬਹੁਤ ਸਾਰੇ ਸੇਵਾਦਾਰ ਰਾਤ ਨੂੰ ਉੱਥੇ ਸਿਰਫ ਸਫਾਈ ਕਰਨ ਨਿਤ ਦੇ ਨਿਮਵਕਨ ਆਉਂਦੇ ਨੇ ਬਾਣੀ ਪੜਨ ਵਾਲੇ ਹੁੰਦੇ ਨੇ ਸਾਰੇ ਸਰਦਾਲੂ ਹੁੰਦੇ ਨੇ ਜਿਸ ਵੇਲੇ ਇਹ ਗੱਲ ਫੈਲੀ ਤੇ ਫੈਲਣ ਤੋਂ ਬਾਅਦ ਜਿਸ ਵੇਲੇ ਮੈਨੇਜਰ ਸਾਹਿਬ ਦੇ ਕਮਰੇ ਦੇ ਨੇੜੇ ਉਹਨੂੰ ਲੈ ਕੇ ਗਏ ਤੇ ਸਰਦਾਰ ਨਿਰਮਲ ਸਿੰਘ ਜੀ ਨੇ ਜਿਹੜੇ ਜੇ ਪ੍ਰਾਪਰਟੀ ਦਾ ਕੰਮ ਕਰਦੇ ਨੇ ਪਟਿਆਲਾ 'ਚ ਉਹਨਾਂ ਨੇ ਆਪਣੇ ਲਾਇਸੈਂਸੀ ਰਿਵਾਲਵਰ ਤੋਂ ਉਸ ਔਰਤ ਨੂੰ 4 ਤੋਂ 5 ਗੋਲੀਆਂ ਮਾਰ ਦਿੱਤੀਆਂ ਉਹਨਾਂ ਨੇ 4-5 ਗੋਲੀਆਂ ਚਲਾਈਆਂ ਇੱਕ ਗੋਲੀ ਨਾਲ ਕਿਸੇ ਇੱਕ ਹੋਰ ਬੰਦੇ ਨੂੰ ਵੀ ਬੱਚੀ ਔਰਤ ਦੀ ਮੌਕੇ ਸਿਰ ਹੀ ਮੌਤ ਹੋ ਗਈ ਉਸ ਬੰਦੇ ਨੂੰ ਜਿਹੜੇ ਇਲਾਜ ਰਜਿੰਦਰਾ ਹਸਪਤਾਲ ਵਿੱਚ ਕਰਾਇਆ ਗਿਆ ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ ਉਹ ਠੀਕ ਹੈ ਇਹ ਘਟਨਾ ਕੱਲ ਦੁਖਨਿਵਾਰਨ ਸਾਹਿਬ ਵਿਖੇ 14 ਮਈ 2023 ਨੂੰ ਰਾਤ ਵੇਲੇ ਵਾਪਰੀ ਹੈ 9:00 ਔਰ 10:00 ਵਜੇ ਦੇ ਦਰਮਿਆਨ ਦੇ ਟਾਈਮ ਵਿੱਚ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਬਾਹਰ ਹਮੇਸ਼ਾ ਹੀ ਇੱਕ ਜਿਪਸੀ ਖੜੀ ਹੁੰਦੀ ਹੈ ਪੈਟਰੋਲ ਦੀ ਗੱਡੀ ਖੜੀ ਹੁੰਦੀ ਆ ਉੱਥੇ ਪੈਰਾ ਮਿਲਟਰੀ ਫੋਰਸਸ ਦਾ ਪਰਮਾਨੈਂਟ ਨਾਕਾ ਵੀ ਲੱਗਾ ਹੋਇਆ ਹੈ ਜਿਸ ਵੇਲੇ ਅੰਦਰ ਆ ਘਟਨਾ ਵਾਪਰੀ ਗੋਲੀ ਚਲਾਈ ਗਈ ਮੈਨੇਜਰ ਸਾਹਮਣੇ ਬਾਹਰ ਪੀਸੀਆਰ ਨੂੰ ਉਸੇਲੇ ਦੱਸਿਆ ਤੇ ਪੀਸੀਆਰ ਵਾਲਿਆਂ ਨੇ ਆ ਕੇ ਉਸ ਨਿਰਮਲ ਸਿੰਘ ਨੂੰ ਗ੍ਰਫਤਾਰ ਕਰ ਲਿਆ ਨਿਰਮਲ ਸਿੰਘ ਨੇ ਕੋਈ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਉਹਨੇ ਵਿਰੋਧ ਪ੍ਰਗਟ ਨਹੀਂ ਕੀਤਾ ਉਸਨੇ ਮੌਕੇ ਸਿਰਿਆ ਕਿ ਆ ਕਿ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਬਹੁਤ ਵੱਡੀ ਸੱਟ ਵੱਜੀ ਆ ਤੇ ਮੈਨੂੰ ਨਹੀਂ ਪਤਾ ਕਿ ਮੈਂ ਕਿਵੇਂ ਗੋਲੀ ਮਾਰ ਦਿੱਤੀ ਤੇ ਧਾਰਮਿਕ ਭਾਵਨਾਵਾਂ ਨੂੰ ਵੱਜੀ ਸੱਟ ਤੋਂ ਬਾਅਦ ਜਿਹੜਾ ਮਾਈਂਡ ਧਾਰਮਿਕ ਵਿਅਕਤੀ ਦਾ ਡਿਸਟਰਬ ਹੋ ਜਾਂਦਾ ਹੈ ਉਸ ਡਿਸਟਰਬ ਮਾਈਂਡ ਦੇ ਵਿੱਚੋਂ ਉਹ ਗੋਲੀ ਚਲਾਈ ਗਈ ਹੈ ਇਸ ਗੋਲੀ ਨੂੰ ਮर्याਦਾ ਅਧੀਨ ਮੰਨਿਆ ਜਾਣਾ ਚਾਹੀਦਾ ਹੈ ਕਿਉਂਕਿ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੀ ਪਵਿੱਤਰਤਾ ਅਤੇ ਮर्याਦਾ ਨੂੰ ਇਸ ਔਰਤ ਨੇ ਮਿਥ ਕੇ ਤੋੜਿਆ ਹੈ ਆ ਮਿਥ ਕੇ ਇਸ ਲਈ ਮੰਨਿਆ ਜਾਣਾ ਚਾਹੀਦਾ ਉਹਨੂੰ ਪਤਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਉਹ ਸਿੱਖਾਂ ਦੀ ਧੀ ਹੈਗੀ ਹੈ ਉਹਨੂੰ ਪਤਾ ਕਿ ਗੁਰਦੁਆਰਾ ਸਾਹਿਬ ਵਿੱਚ ਸ਼ਰਾਬ ਨਹੀਂ ਜਾ ਸਕਦੀ ਉਸ ਦੇ ਕੋਲੋਂ ਨਸ਼ੇ ਦੀਆਂ ਗੋਲੀਆਂ ਅਤੇ ਕਿਹਾ ਜਾਂਦਾ ਤथाकਥਾ ਤੌਰ ਤੇ ਤੰਬਾਕੂ ਵੀ ਮਿਲਿਆ ਹੈ ਉਹ ਜੇ ਇਹ ਸਾਰੀਆਂ ਚੀਜ਼ਾਂ ਲੈ ਕੇ ਅੰਦਰ ਗਈ ਹੈ ਤੇ ਬੋਡੀ ਸਪਸ਼ਟ ਗੱਲ ਹੈ ਕਿ ਕਿਸੇ ਸਾਜਿਸ਼ ਅਧੀਨ ਹੀ ਗਈ ਹੈ ਉਹ ਬਾਹਰ ਬੈਠ ਕੇ ਵੀ ਇਹ ਕੰਮ ਕਰ ਸਕਦੀ ਸੀ ਕਿਉਂਕਿ ਉਹਨੂੰ ਐਡਿਕਟ ਦੱਸਿਆ ਜਾ ਰਿਹਾ ਜਿਵੇਂ ਐਸਐਸਪੀ ਪਟਿਆਲਾ ਨੇ ਬਿਆਨ ਦਿੱਤਾ ਹੈ ਕਿ ਉਸ ਇਹ अर्बन ਸਟੇਟ ਦੇ ਇੱਕ ਹਸਪੀਟਲ ਦੀ ਐਡਿਕਸ਼ਨ ਦੀ ਸਲਿੱਪ ਵੀ ਮਿਲੀ ਆ ਜਿੱਥੇ ਉਹਦਾ ਇਲਾਜ ਚੱਲ ਰਿਹਾ ਸੀ ਉਸ ਉਸੇ ਚਾਵੀ ਮਿਲਿਆ ਕਿ ਉਹ ਮਾਈਂਡ ਵਿੱਚ ਵੀ ਡਿਸਟਰਬ ਰਹਿੰਦੀ ਸੀ ਜਹੀਆਂ ਗੱਲਾਂ ਬਾਅਦ ਵਿੱਚ ਜੋੜੀਆਂ ਜਾਂਦੀਆਂ ਨੇ ਆ ਐਕਚੁਅਲ ਭਾਵਨਾਵਾਂ ਕੀ ਨੇ ਹੁਣ ਆ ਗੱਲ ਦੇਖਣੀ ਬੰਦੀ ਆ ਮੈਂ ਤਿੰਨ ਐਕਸਪੈਕਟਿਚ ਗੱਲ ਕਰਾਂਗਾ ਪਹਿਲੀ ਗੱਲ ਤੇ ਹੈਗੀ ਆ ਕਿ ਮਰਿਆਦਾ ਪੰਗ ਕੀਤੀ ਗਈ ਮਰਿਆਦਾ ਪੰਗ ਕਰਨ ਵਾਲੇ ਨੂੰ ਧਾਰਮਿਕ ਭਾਵਨਾਵਾਂ ਹਰਟ ਹੋਣ ਕਰਕੇ ਇੱਕ ਗੁਰਸਿੱਖ ਨੇ ਗੋਲੀ ਮਾਰ ਦਿੱਤੀ ਲਾਇਸੈਂਸੀ ਰਿਵਾਲਵਰ ਤੋਂ ਗੋਲੀ ਮਾਰੀ ਉਹਦੀ ਕੋਈ ਬੈਡ ਇੰਟੈਂਸ਼ਨ ਨਹੀਂ ਸੀ ਨਾ ਉਹਦੀ ਕਤਲ ਦੀ ਕੋਈ ਇੰਟੈਂਸ਼ਨ ਸੀ ਨਾ ਉਹ ਕਤਲ ਕਰਨ ਦੀ ਭਾਵਨਾ ਸੀ ਉਹ ਇਕਦਮ ਤੈਸ਼ੀ ਚ ਆਇਆ ਉਹ ਉਸ ਆਪੇ ਤੋਂ ਬਾਹਰ ਹੋ ਗਿਆ ਉਸ ਦਾ ਦਿਮਾਗ ਕਰ ਬੰਦ ਹੋ ਗਿਆ ਕਰਨਾ ਤੇ ਧਾਰਮਿਕ ਭਾਵਨਾਵਾਂ ਦੀ ਵੇਗ ਵਿੱਚ ਉਹਨੇ ਆਪਣੀ ਰਿਵਾਲਵਰ ਕੱਢੀ ਔਰ ਗੋਲੀ ਮਾਰ ਦਿੱਤੀ ਔਰ ਇੱਕ ਮਰਿਆਦਾਹੀਨ ਗੁਰਦੁਆਰੇ ਦੀ ਮर्यादा ਨੂੰ ਪੰਗ ਕਰਨ ਵਾਲੇ ਨੂੰ ਗੋਲੀ ਮਾਰਨਾ ਸਿੱਖੀ ਵਿੱਚ ਨਾਜਾਇਜ਼ ਨਹੀਂ ਮੰਨਿਆ ਜਾਂਦਾ ਕਿਉਂਕਿ ਜੇ ਇਹਨੂੰ ਅਸੀਂ ਨਾਜਾਇਜ਼ ਦੀ categories ਲੈ ਕੇ ਜਾਵਾਂਗੇ ਤਾਂ ਫੇਰ ਸੁਖਾ ਸਿੰਘ ਮਹਤਾਬ ਸਿੰਘ ਦੇ ਇਤਿਹਾਸ ਦਾ ਸਿੱਕੀ ਕਰਾਂਗੇ ਤਾਂ ਯਾਦ ਰੱਖਿਆ ਜੀ ਜਿਹੜੇ ਲੋਕ ਹੁਣ ਚੈਨਲਾਂ ਤੇ ਐਵੇਂ ਹੀ ਚੈਨਲ ਵਾਲੇ ਵੀ ਐਵੇਂ ਹੀ ਆਪਣੀ TRP ਲਈ ਆ ਕਾਡੋ ਕਰਾਂ ਬੋਲੋ ਬੋਲ ਮਕੋ ਬੋਲ ਬੋਲਦੇ ਪਏ ਨੇ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਪਹਿਲਾਂ ਸਿੱਖ ਇਤਿਹਾਸ ਦਾ ਅਧਿਐਨ ਕਰੋ ਸਿੱਖ ਮਰਿਆਦਾਵਾਂ ਦਾ ਅਧਿਐਨ ਕਰੋ ਸਿੱਖ ਮਰਿਆਦਾਵਾਂ ਦੀਆਂ ਪਰੰਪਰਾਵਾਂ ਦਾ ਅਧਿਐਨ ਕਰੋ ਸਿੱਖ ਮਰਿਆਦਾ ਵਿੱਚ ਪੈਦਾ ਹੋਈਆਂ ਪਰੰਪਰਾਵਾਂ ਵਿੱਚੋਂ ਨਿਕਲੀ ਅਨੁਸ਼ਾਸਨ ਦਾ ਅਧਿਐਨ ਕਰੋ ਤੇ ਉਸ ਅਨੁਸ਼ਾਸਨ ਅਤੇ ਮਰਿਆਦਾ ਤੇ ਧਾਰਮਿਕ ਭਾਵਨਾਵਾਂ ਦੀ ਸੰਵੇਦਨਸ਼ੀਲਤਾ ਨੂੰ ਜੋੜ ਕੇ ਆਪਣੇ ਟੀਵੀ ਤੇ ਖਬਰ ਦੇਓ ਉਸ ਤੋਂ ਬਗੈਰ ਨਾ ਦਿਓ ਬੜੀ ਸਪਸ਼ਟ ਗੱਲ ਆ ਸਿੱਖ ਭਾਵਨਾਵਾਂ ਅਨੁਸਾਰ ਚਾਹੇ ਕਿਸੇ ਨੂੰ ਬੁਰੀ ਲੱਗੇ ਗੱਲ ਚਾਹੇ ਕਿਸੇ ਨੂੰ ਭਲੀ ਲੱਗੇ ਪਰ ਨਿਰਮਲ ਸਿੰਘ ਵੱਲੋਂ ਚਲਾਈ ਗਈ ਗੋਲੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੰਤੋਸ਼ਟ ਕਰਦੀ ਹੈ ਤੇ ਪਰਵਿੰਦਰ ਕੋਰ ਵੱਲੋਂ ਕੀਤੀ ਗਈ ਗਲਤੀ ਕੁਤਾਹੀ ਦੀ ਉਹਨੂੰ ਸਜ਼ਾ ਯਾਫਤਾ ਮੰਨੀ ਦੀ ਹੈ ਇਹ ਸਿਕ ਸਾਈ ਕੀ ਦਾ ਸੰਕਲਪ ਆ ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਏ ਹੁਣ ਆ ਜਾਓ ਇਸ ਤੋਂ ਥੋੜੀ ਜੀ ਅਗਲੀ ਗੱਲ ਕਰ ਲਈਏ ਸਰਦਾਰ ਨਿਰਮਲ ਸਿੰਘ ਦੇ ਖਿਲਾਫ 302 ਦਾ ਮੁਕਦਮਾ ਦਰਜ ਕੀਤਾ ਗਿਆ ਜੋ ਗੈਰਵਾਜਬ ਆ ਇਸ ਮੁਕਦਮੇ ਨੂੰ ਰੱਦ ਕਰਵਾਇਆ ਜਾਣਾ ਚਾਹੀਦਾ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਪਟਿਆਲੇ ਦੀਆਂ ਦੁੱਖ ਨਿਵਾਰਣ ਸਾਹਿਬ ਨਾਲ ਜੁੜੀਆਂ ਸੰਗਤਾਂ ਤੇ ਪ੍ਰਬੰਧਕਾਂ ਵੱਲੋਂ ਹੀ ਮੈਂ ਇਸ ਦੇ ਖਿਲਾਫ ਹਾਂ ਬੜਾ ਸਪਸ਼ਟ ਦੱਸਦਾ ਕਿਉਂਕਿ ਇਹ ਜੇ ਇੱਕ ਮੰਦ ਬੁੱਧੀ ਜਾਂ ਐਡਿਕਟ ਬੰਦਾ ਜਾਂ ਸ਼ਰਾਬੀ ਬੰਦਾ ਗੁਰਦੁਆਰੇ ਦੀ ਮर्यादा ਨੂੰ ਆ ਕੇ ਭੰਗ ਕਰ ਸਕਦਾ ਮਿੱਥ ਕੇ ਭੰਗ ਕਰ ਸਕਦਾ ਤੇ ਤੁਸੀਂ ਉਹਨੂੰ ਐਸਕੇਪ ਰੂਟ ਦਿੰਦੇ ਹੋ ਮੰਦਬੁੱਧੀ ਸੀ ਜਾਂ ਸ਼ਰਾਬੀ ਸੀ ਜਾਂ ਫਲਾਣਾ ਸੀ ਤੇ ਫੇਰ ਇੱਕ ਧਾਰਮਿਕ ਬੰਦਾ ਵੀ ਤੇ ਆਪੇ ਤੋਂ ਬਾਹਰ ਹੋ ਕੇ ਗੋਲੀ ਚਲਾ ਸਕਦਾ ਕਿਉਂ ਨਹੀਂ ਚਲਾ ਸਕਦਾ ਫੇਰ ਉਹ ਉਹਨੂੰ ਕੀ ਹੋਸ਼ੀ ਚਰਾਂ ਨਾਲ ਲਾਜ਼ਮੀ ਆ ਇਸ ਲਈ ਉਸ ਨੂੰ ਵੀ ਬੈਨੀਫਿਟ ਮਿਲਣਾ ਚਾਹੀਦਾ ਬੈਨੀਫਿਟ ਆਫ ਡਾਊਟ ਮਿਲਣਾ ਚਾਹੀਦਾ ਧਾਰਮਿਕ ਭਾਵਨਾਵਾਂ ਹਰਟ ਹੋ ਕੇ ਉਸ ਵੱਲੋਂ ਕੀਤੀ ਗਈ ਕਾਰਵਾਈ ਇਸ ਨੂੰ ਮੰਨਿਆ ਜਾਣਾ ਚਾਹੀਦਾ ਤੇ 302 ਤੇ 307 ਉਸ ਤੇ ਨਹੀਂ ਲਗਣੀ ਚਾਹੀਦੀ ਬੜੀ ਸਪੱਸ਼ਟ ਤੇ ਸਿੱਧੀ ਗੱਲ ਆ ਤੇ ਮੈਂ ਐਸਐਸਪੀ ਪਟਿਆਲਾ ਸਾਹਿਬ ਨੂੰ ਹੀ ਬੇਨਤੀ ਕਰਾਂਗਾ ਉਹ ਖੁਦ ਮੰਨਦੇ ਨੇ ਕਿ ਇਹ ਵੇ ਆਵੇਸ਼ੀ ਚਾਕੇ ਹੀਟ ਵਿੱਚ ਆ ਕੇ ਕੀਤੀ ਗਈ ਗੱਲ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਵਿੱਚ ਕੀਤੀ ਵੀ ਹੈ ਤੇ ਜਿਸ ਵਾਲੇ ਬੰਦਾ ਵੇਸ਼ੀ ਛਾਪੇ ਤੋਂ ਬਾਹਰ ਹੋ ਜਾਂਦਾ ਉਹ ਆਪਣੀਆਂ ਧਾਰਮਿਕ ਮਰਿਆਦਾਵਾਂ ਅਧੀਨ ਫੇਰ ਕੁਝ ਵੀ ਕਰ ਗੁਜ਼ਰਦਾ ਹੈ ਉਹ ਸ਼ਹੀਦ ਵੀ ਹੋ ਜਾਂਦਾ ਤੇ ਉਹ ਦੋਸ਼ੀ ਦਾ ਸਿਰ ਵੀ ਲਾ ਲੈਂਦਾ ਸਿੱਖ ਇਤਿਹਾਸ ਇਸੇ ਨਾਲ ਪਰਿਆ ਪਿਆ ਤੇ ਸਿੱਖ ਇਤਿਹਾਸ ਅਨੁਸਾਰ ਹੀ ਪੰਜਾਬ ਵਿੱਚ ਜਿਹੜੇ ਗੁਰਦੁਆਰਿਆਂ 'ਚ ਅਪਰਾਧ ਕੀਤੇ ਜਾ ਰਹੇ ਨੇ ਹੋਰ ਬਿਲਕੁਲ ਸਾਜ਼ਿਸ਼ਾਂ ਦੀਨ ਮਿੱਥ ਕੇ ਕੀਤੇ ਜਾ ਰਹੇ ਨੇ ਉਹਨਾਂ ਦੇ ਮੁਤਲਕ ਪੰਜਾਬ ਸਰਕਾਰ ਪੰਜਾਬ ਪ੍ਰਸ਼ਾਸਨ ਅਤੇ ਭਾਰਤ ਦੀ ਪੁਲਿਸ ਨੂੰ ਜਿੰਨੇ ਵੀ ਕੇਸ ਦਰਜ ਕਰਨੇ ਪੈਂਦੇ ਨੇ ਉਹ ਸਿੱਚ ਇਨ੍ਹਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਤੇ 302 ਤੇ 307 ਨਹੀਂ ਲਗਣੀ ਚਾਹੀਦੀ ਸਭ ਤੋਂ ਪਹਿਲੀ ਗੱਲ ਆ ਜੀ ਦੂਸਰੀ ਗੱਲ ਮੈਂ ਹਲੇ ਪਰਸੋਂ ਹੀ ਵੀਡੀਓ ਚਾੜੀ ਆ ਕਿ ਹੁਣ ਜਿਹੜੀਆਂ ਘਟਨਾਵਾਂ ਮੋਰਿੰਡੇ ਤੋਂ ਨਹੀਂ ਅਨੰਦਪੁਰ ਸਾਹਿਬ ਤੋਂ ਸ਼ੁਰੂ ਹੋਈਆਂ ਸੀ ਜਿਸ ਦਾ ਹਲੇ ਤੱਕ ਸਾਨੂੰ ਕੋਈ ਰਿਜ਼ਲਟ ਨਹੀਂ ਦਿੱਤਾ ਗਿਆ ਕਿ ਸਿੱਖ ਬੱਚੇ ਹੀ ਇਸ ਵਿੱਚ ਇਨਵੋਲ ਕੀਤੇ ਜਾ ਰਹੇ ਨੇ ਸਿੱਖ ਬੱਚੇ ਕਿਉਂ ਇਨਵੋਲ ਕੀਤੇ ਜਾ ਰਹੇ ਨੇ ਇਹ ਕੱਲ ਮੇਰੀ ਵੀਡੀਓ ਹੈ ਪੰਜਾਬ 55 ਮਿੰਟ ਦੀ ਵੀਡੀਓ ਆ ਨੂੰ ਜਰੂਰ ਸੁਣੋ ਮੈਂ ਸੰਵਾਦ ਛੇੜਿਆ ਸੀ ਪਰਸੋਂ ਹੀ ਕੱਲ ਪੂਰਾ ਦਿਨ ਵੀਡੀਓ ਚੱਲਦੀ ਰਹੀ ਹੈ ਹੱਥ ਜੋੜ ਕੇ ਬੇਨਤੀ ਆ ਗੁਰਸਿੱਖੋ ਬੁੱਧੀਜੀਵੀਓ ਇਤਿਹਾਸਕਾਰੋ ਪੱਤਰਕਾਰੋ ਉਸ ਵੀਡੀਓ ਨੂੰ ਜਰੂਰ ਸੁਣ ਲਓ ਉਹ ਬੜੀ ਜ਼ਰੂਰੀ ਏ ਕਿ ਹੁਣ ਅਗਲੇਰਾ ਸਿੱਖ ਕੌਮ ਦੇ ਉੱਤੇ ਕਿਹੜਾ ਹਮਲਾ ਸਿੱਖਾਂ ਰਾਈ ਕਰਵਾਏ ਜਾਣ ਦੀ ਨੀਤੀ ਅਤੇ ਅਧਿਕ ਤਾਕਤਾਂ ਦੀ ਡੀਪ ਸਟੇਟ ਵੱਲੋਂ ਤਿਆਰ ਕਰ ਲਿਆ ਗਿਆ ਹੁਣ ਮੈਂ ਅਗਲੀ ਗੱਲ ਕਰਨ ਲੱਗਾ ਇਹ ਕੜੀ ਵੀ ਉਸੇ ਦੀ ਅਗਲੀ ਹੈ ਇਸ ਵਿੱਚ ਲੜਕੀ ਦਾ ਇਸਤੇਮਾਲ ਕੀਤਾ ਗਿਆ ਅੱਗੇ ਵੀ ਕੀਤਾ ਜਾਵੇਗਾ ਜੇ ਮੈਂ ਅਗਲੀ ਕੜੀ ਵੀ ਤੁਹਾਨੂੰ ਹੁਣ ਸਿੱਖਾਂ ਨੂੰ ਹੁਣੇ ਸੁਚੇਤ ਕਰ ਦੇਣਾ ਚਾਹੁੰਦਾ ਕੱਲ ਦੀ ਵੀਡੀਓ ਨੂੰ ਮੈਂ ਬਾਰ ਬਾਰ ਬੇਨਤੀ ਕਰ ਰਿਹਾ ਕਿਉਂਕਿ ਇਹ ਮਨੋਵਿਗਿਆਨਕਤਾ ਸਾਨੂੰ ਸਮਝ ਨਹੀਂ ਪੈਣੀ ਹੈ ਸਿੱਖ ਠੱਬਰਾਂ ਨੂੰ ਆਪਣੇ ਬੱਚਿਆਂ ਦੀ ਵੀ ਮਨੋਵਿਗਿਆਨਕਤਾ ਸਮਝ ਨਹੀਂ ਪੈਣੀ ਹੈ ਤੇ ਹਰ ਸਿੱਖ ਟੱਬਰਾਂ ਦੀ ਇਕਾਈ ਮਾਪਿਓ ਇਕਾਈ ਆ ਮਾਪਿਓ ਨੂੰ ਜਿੰਮੇਵਾਰੀ ਚੁੱਕ ਲੈਣੀ ਚਾਹੀਦੀ ਏ ਪਿੰਡ ਦੀ ਪੰਚਾਇਤ ਨੂੰ ਜਿੰਮੇਵਾਰੀ ਚੁੱਕਣੀ ਚਾਹੀਦੀ ਏ ਪਿੰਡ ਦੇ ਗੁਰਦੁਆਰੇ ਨੂੰ ਜਿੰਮੇਵਾਰੀ ਚੁੱਕਣੀ ਚਾਹੀਦੀ ਏ ਇਕਾਈ ਉੱਥੇ ਆ ਕੋਈ ਐਸਟੀਪੀਸੀ ਵਾਲਾ ਦੇਖੋ ਕੋਈ ਅਕਾਲੀ ਦਲ ਵਾਲਾ ਦੇਖੋ ਕੋਈ ਅਕਾਲ ਤਖਤ ਸਾਹਿਬ ਵਾਲਾ ਦੇਖੋ ਕਿਸੇ ਸੰਸਥਾ ਵਾਲਾ ਦੇਖੋ ਸਾਡੇ ਆਪਣੇ ਟੱਬਰਾਂ ਦੀਆਂ ਕਮਜ਼ੋਰੀਆਂ ਨੇ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਕਦਰ ਨਿਗਾਰਿਚ ਪਾ ਦਿੱਤਾ ਕਿ ਉਹ ਅਜੇ ਡীপ ਸਟੇਟ ਦੇ ਕੰਮ ਕਰਨ ਵਾਸਤੇ ਵੀ ਸਿੱਖਾਂ ਦੇ ਖਿਲਾਫ ਹੀ ਤਿਆਰ ਹੋ ਗਏ ਨੇ ਇਹ ਸਭ ਤੋਂ ਵੱਡਾ ਖੋਫਨਾਕ ਰਾਕਸ਼ਸੀ ਡਰਾਉਣਾ ਅਤੇ ਭਿਆਨਕ ਐਪੀਸੋਡ ਸਿੱਖਾਂ ਦੇ ਅੰਦਰੂਨੀ ਪਰਿਵਾਰਾਂ ਹੀ ਸ਼ੁਰੂ ਹੋ ਗਿਆ ਜੇ ਇਸ ਦੀ ਮਾਨਸਿਕਤਾ ਨੂੰ ਮਨੋਵਿਰਤੀ ਨੂੰ ਸੋਚ ਨੂੰ ਦ੍ਰਿਸ਼ਟੀ ਨੂੰ ਪਹੁੰਚ ਨੂੰ ਅੰਦਰੂਨੀ ਮਾਨਸਿਕ ਪਰਵਰਤੀ ਨੂੰ ਸਮਝਣ ਲਈ ਸਾਨੂੰ ਸਾਰਿਆਂ ਨੂੰ ਹੁਣ ਸਿਰ ਜੋੜ ਲੈਣੇ ਚਾਹੀਦੇ ਨੇ ਤੇ ਤੁਰਤ ਇਸ ਦੇ ਇਲਾਜ ਕਰ ਲੈਣੇ ਚਾਹੀਦੇ ਨੇ ਜੇ ਅਸੀਂ ਤੁਰਤ ਹਰਕਤ ਦੀ ਚਨਾ ਆਏ ਤਾਂ ਯਕੀਨ ਜਾਨੋ ਇਹ ਜਿਹੜਾ ਕੰਮ ਸ਼ੁਰੂ ਕਰ ਲਿਆ ਗਿਆ ਡੀਪ ਸਟੇਟ ਦੀਆਂ ਅਧਿਕ ਤਾਕਤਾਂ ਰਾਹੀਂ ਇਸ ਵਿੱਚ ਹੁਣ ਨਾਬਾਲਗ ਅਗਲੀ ਸਟੇਜ 'ਚ ਨਾਬਾਲਗ ਸਿੱਖ ਬੱਚੇ ਇਸਤੇਮਾਲ ਕੀਤੇ ਜਾਣਗੇ ਜੇ ਇਹ ਗੱਲ ਮੈਂ ਤੁਹਾਨੂੰ ਠੋਕ ਕੇ ਦੱਸ ਰਿਹਾ ਅਗਾਊ ਸੂਚਨਾ ਦੇ ਰਿਹਾ ਪਿਛਲੀਆਂ ਵੀਡੀਓ 'ਚ ਵੀ ਕਹਿੰਦਾ ਆਇਆ ਮੈਨੂੰ ਕਈ ਲੋਕਾਂ ਨੇ ਫੋਨ ਕਰਕੇ ਕਿਹਾ ਕਿਆ ਤੇਂਦਰਪਾਲ ਸਿੰਘ ਤੇਰੀ ਤਾਂ ਦਿਖ ਹੀ ਪੰਥਕ ਲੋਕਾਂ ਨੇ ਡੀਪ ਸਟੇਟ ਨਾਲ ਮਿਲ ਕੇ ਅਜਹੀ ਬਣਾ ਦਿੱਤੀ ਐ ਤੂੰ ਜਿੰਨਾ ਮਰਜੀ ਸੁਚੇਤ ਕਰਲਾ ਜਿੰਨਾ ਮਰਜੀ ਉਹਨਾਂ ਨੇ ਲਫਜ਼ ਵਰਤੇ ਭੌਂਕਲਾ ਤੇਰੀ ਕਿਸੇ ਨੇ ਨੀ ਨਾ ਸੁਣਨੀ ਨਾ ਮੰਨੀ ਕਿਉਂਕਿ ਤੈਨੂੰ ਤਾਂ ਪਹਿਲਾਂ ਹੀ ਗਲਤ ਗਰਦਾਨ ਚੁੱਕੇ ਨੇ ਔਰ ਇਸ ਦੇ ਬਾਵਜੂਦ ਗਲਤ ਗਰਦਾਨ ਚੁੱਕੇ ਨੇ ਕਹਿੰਦੇ ਨੇ ਇਹਦੀ ਐਨੇ ਤਾਂ ਹਮੇਸ਼ਾ ਹੀ ਪੁੱਠੀ ਗੱਲ ਕਰਨੀ ਐ ਇਸ ਕਦਰ ਤੂੰ ਬਦਨਾਮ ਕੀਤਾ ਜਾ ਚੁੱਕਾ ਹੈ ਕਿ ਤੇਰੇ ਖਿਲਾਫ ਕੋਈ ਦੂਸ਼ਣ ਵੀ ਸਾਬਤ ਨਹੀਂ ਕਰ ਸਕਦਾ ਤੇਰੀ ਕੋਈ ਪੰਥ ਗद्दारी ਵੀ ਨਹੀਂ ਦੱਸ ਸਕਦਾ ਪਰ ਉਸ ਦੇ باوجود ਵੀ ਤੂੰ ਵੱਡੇ ਤੋਂ ਵੱਡੇ ਗद्दार ਤੇ ਵੱਡੇ ਤੋਂ ਵੱਡੇ ਪੰਥ ਦੋਸ਼ੀ ਤੋਂ ਵੀ ਵੱਡਾ ਛੇਕਿਆ ਹੋਇਆ ਬੰਦਾ ਬਣ ਚੁੱਕਿਆ ਆ ਪੰਥ ਤੇਈ ਕਿਸੇ ਨੇ ਨਹੀਂ ਸੁਣੀ ਨਾ ਮੰਨਦਾ ਇਸ ਚੀਜ਼ ਨੂੰ ਮੈਂ ਸਵਾਰਦਾ ਇਸੇ ਲਈ ਮੈਂ ਸਿਆਸਤ ਛੱਡ ਕੇ ਬਾਹਰ ਆ ਗਿਆ ਸੀ ਇਸੇ ਲਈ ਮੈਂ ਧਾਰਮਿਕ ਪੇੜ ਛੱਡ ਕੇ ਕਿ ਕਿਸੇ ਪਾਸੇ ਕੋਈ ਕੰਮ ਨਹੀਂ ਕਰਨਾ ਪਰ ਮੈਨੂੰ ਮੇਰੇ ਬੋਲਣ ਦੀ ਸੁਤੰਤਰਤਾ ਤਾਂ ਹਾਂ ਨਾ ਉਹ ਤਾਂ ਮੈਨੂੰ ਮੇਰਾ ਸਵਧਾਨ ਵੀ ਦਿੰਦਾ ਹਾਲਾਂਕਿ ਸਰਕਾਰ ਨਹੀਂ ਦਿੰਦੀ ਮੇਰਾ ਚੈਨਲ ਬੈਨਡ ਕੀਤਾ ਗਿਆ ਇਸੇ ਆਡਰੀ ਵਿਲੱਖਣ ਅਤੇ ਸੁਤੰਤਰ ਸੋਚ ਕਰਕੇ ਹੀ ਪਰ ਕੋਈ ਗੁਨਾਹ ਤਾਂ ਨਹੀਂ ਹੈ ਨਾ ਹੱਥ ਜੋੜ ਕੇ ਬੇਨਤੀ ਜੇ ਅਗਾਊ ਸੂਚਨਾਵਾਂ ਦਿੰਦਾ ਪਹਿਲਾਂ ਅਗਾਹ ਕਰਦਾ ਮੇਰਾ ਜਿੰਨਾ ਮਰਜੀ ਵਿਰੋਧ ਕਰ ਲੋ ਪਰ ਗੱਲਾਂ ਤਾਂ ਸੱਚੀਆਂ ਕਹਿੰਦਾ ਉਹਨਾਂ ਨੂੰ ਤੇ ਮੰਨ ਲੋ ਤੁਹਾਡੇ ਨਾਂ ਬਾਲਕ ਸਿੱਖਾਂ ਦੇ ਨਾ ਬਾਲਕ ਬੱਚਿਆਂ ਨੂੰ ਹੁਣ ਅੱਗੇ ਇਸਤੇਮਾਲ ਕੀਤਾ ਜਾਵੇਗਾ ਜੇ ਇਹ ਜੇ ਆਖਰੀ ਗੱਲਾਂ ਤੇ ਮੈਂ ਉਹਨਾਂ ਸਾਰੇ ਲੋਕਾਂ ਨੂੰ ਫੇਰ ਬੇਨਤੀ ਕਰਨਾ ਚਾਹੁੰਦਾ ਮੈਂ ਪਹਿਲੀ ਵੀਡੀਓ ਵਿੱਚ ਵੀ ਮਨੋਵਿਗਿਆਨ ਗੱਲਾਂ ਕੀਤੀਆਂ ਸੀ ਸਾਰੇ ਹੀ ਸਿਧਾਂਤ ਮਨੋਵਿਰਤੀ ਦੇ ਸਮਾਜਿਕ ਅਧਿਐਨ ਦੇ ਸੋਸ਼ਲ ਸਾਇੰਸ ਦੇ ਸਾਰੇ ਹੀ ਫੇਲ ਹੋ ਗਏ ਜੇ ਅਨਾ ਮੁੱਦਿਆਂ ਤੇ ਆ ਕੇ ਤੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਚਾਹੁੰਗਾ ਸਭ ਤੋਂ ਵੱਡਾ ਧਾਰਮਿਕ ਵਿਅਕਤੀ ਜਾਂ ਕਹਿ ਲੋ ਜਿਹੜੇ ਧਰਮ ਨੂੰ ਅਫੀਮ ਦੱਸਦੇ ਸੀ ਉਹ ਲੋਕ ਵੀ ਕਮਿਊਨਿਸਟ Karl Marx ਜਿਸ ਨੇ ਸਾਰੀ ਥਿਉਰੀ ਪੈਦਾ ਕੀਤੀ Karl Marx ਜਿਸ ਨੇ ਕਮਿਊਨਿਜ਼ਮ ਦੀ ਥਿਉਰੀ ਦਿੱਤੀ ਜਿਹੜੇ ਰੱਬ ਨੂੰ ਨਹੀਂ ਮੰਨਦੇ ਨਾਸਤਿਕ ਨਾਸਤਿਕਤਾ ਦਾ ਪ੍ਰਚਾਰ ਕਰਦੇ ਨੇ ਉਹ ਵੀ ਜਿਸ ਵੇਲੇ ਆਪਣੀ ਪਤਨੀ ਨੂੰ ਪੱਤਰ ਲਿਖਦਾ ਤੇ ਉਹ ਸ ਵਿੱਚ ਰੱਬ ਦੀ ਹੋਂਦ ਨੂੰ ਸਵਾਰ ਕਰਦਾ ਮੈਂ ਸਿਰਫ ਇਹ एग्जांपल ਇਸ ਲਈ ਦੇ ਰਿਹਾ ਤੁਹਾਨੂੰ ਕਿ ਜਿਹੜੇ ਮਰਜੀ ਵਿਸ਼ਵਾਸ ਵਿੱਚੋਂ ਜਿਹੜੇ ਮਰਜੀ ਧਰਮ ਵਿੱਚੋਂ ਜਿਹੜਾ ਮਰਜੀ ਵਿਅਕਤੀ ਕਿਸੇ ਮਰਜੀ ਧਰਮ ਦੇ ਖਿਲਾਫ ਤਿਆਰ ਕੀਤਾ ਜਾਵੇ ਪਰ ਉਹ ਆਇਆ ਤਾਂ ਸਾਡੇ ਧਰਮ ਦੇ ਦਰਸ਼ਨ ਵਿੱਚੋਂ ਹੀ ਹੈ ਕਿਸੇ ਨਾ ਕਿਸੇ ਧਰਮ ਦੇ ਦਰਸ਼ਨੀਚੋਂ ਆਇਆ ਤੇ ਉਸ ਦੇ ਅੰਦਰ ਜਿਹੜੇ ਜੀਨਸ ਨੇ ਉਹ ਧਰਮ ਦੇ ਖਿਲਾਫ ਕੰਮ ਕਰਨ ਨੂੰ ਉਸ ਨੂੰ ਹਮੇਸ਼ਾ ਕਚੋਟਦੇ ਰਹਿੰਦੇ ਨੇ ਰੋਕਦੇ ਰਹਿੰਦੇ ਨੇ ਮੈਂ ਇਸ ਕਰਕੇ एग्जांपल ਦੇ ਰਿਹਾ ਤੇ ਸਿੱਖ ਹੋ ਕੇ ਹੋਰ ਪੰਜਾਬ ਦਾ ਜੰਮਪਾ ਲੋਕੇ ਇੱਕ ਗੈਰ ਸਿੱਖ ਵਿਅਕਤੀ ਵੀ ਜਿਹੜਾ ਗੁਰੂਆਂ ਦੀ ਧਰਤੀ ਤੇ ਜੰਮਿਆ ਚਾਹੇ ਉਹ Hindu ਹੈ ਚਾਹੇ ਉਹ Musalman ਹੈ ਚਾਹੇ ਉਹ Isai hai ਚਾਹੇ ਉਹ Sikh hai ਉਹ ਕਿਸੇ ਵੀ ਧਰਮ ਦੇ ਖਿਲਾਫ ਕੋਈ ਵੀ ਕਾ ਅਜਹੀ ਮਰਿਆਦਾ ਹੀਨਤਾ ਵਾਲੀ ਅਤੇ ਧਰਮ ਦੇ ਤੋੜਨ ਵਾਲੀ ਕੋਈ ਵੀ ਗੱਲ ਨਹੀਂ ਕਰ ਸਕਦਾ ਚਾਹੇ ਜਿਸ ਮਰਜੀ ਧਰਮ ਦਾ ਵਿਅਕਤੀ ਹੋਵੇ ਕਿਉਂਕਿ ਉਹਦੇ ਅੰਦਰ ਧਰਮ ਦਾ ਦਰਸ਼ਨ ਉਹਦੀ ਆਤਮਾ ਵਿੱਚ ਉਹਦੀ ਜ਼ਮੀਰ ਵਿੱਚ ਜਿਉਂਦਾ ਰਹਿੰਦਾ ਤੇ ਸਿੱਖ ਮੁੰਡੇ ਕੁੜੀਆਂ ਹੀ ਕਿਉਂ ਸਿੱਖੀ ਦੇ ਖਿਲਾਫ ਕੰਮ ਕਰਨ ਲੱਗ ਗਏ ਨੇ ਇੱਕ ਬਹੁਤ ਵੱਡੀ ਸਾਜ਼ਿਸ਼ ਜੇ ਔਰ ਇਸ ਸਾਜ਼ਿਸ਼ ਵਿੱਚ ਉਹਨਾਂ ਦਾ ਮਨੋਵਿਰਤਕ ਬਿਰਤਾਂਤ ਬੜੀ ਤਿੱਬਰਤਾ ਨਾਲ ਚੇਂਜ ਕੀਤਾ ਗਿਆ ਤਿੱਬਰਤਾ ਨਾਲ ਚੇਂਜ ਕਰਨ ਤੋਂ ਇਲਾਵਾ ਉਹਨਾਂ ਨੂੰ ਆਪਣੇ ਹੀ ਧਰਮ ਦੇ ਖਿਲਾਫ ਦੁਸ਼ਮਣ ਬਣਾ ਕੇ ਵਰਤਿਆ ਜਾ ਰਿਹਾ ਔਰ ਇਹ ਸਾਰੀ ਸਕੂਲਿੰਗ ਕਿਵੇਂ ਕੀਤੀ ਗਈ ਇੰਨੀ ਤਤਪੜਤ ਤੇ ਕਿਵੇਂ ਹੋ ਰਹੀ ਆ ਇਸ ਪਿੱਛੇ ਲਾਲਚ ਵੀ ਹੋ ਸਕਦਾ ਨੇ ਪਿੱਛੇ ਸਾਰਾ ਕੁਝ ਵੀ ਹੋ ਸਕਦਾ ਹੈ ਪੁਲਿਸ ਨੂੰ ਉਹਨਾਂ ਥਿਓਰੀਆਂ ਕੱਢਣੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਨੇ ਕਿ ਉਹ ਐਡਿਕਟ ਸੀ ਉਹ ਸ਼ਰਾਬੀ ਸੀ ਉਹ ਮਾਨਸਿਕ ਰੋਗੀ ਸੀ ਬਿਲਕੁਲ ਨਹੀਂ ਉਹਦੀ ਇਹ ਮਨੋਵਿਰਤਕ ਚੇਂਜ ਕੌਣ ਲੈ ਕੇ ਆਇਆ ਉਹਨਾਂ ਸਾਜ਼ਿਸ਼ੀ ਛੁਪੇ ਹੋਏ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰੋ ਤਾਹੀਂ ਪੰਜਾਬ ਬਚੇਗਾ ਜੇ ਤਾਂ ਹੀ ਸਿੱਖੀ ਬਚੇਗੀ ਤਾਂ ਹੀ ਸਿੱਖ ਧਰਮ ਦੇ ਖਿਲਾਫ ਜਿਹੜੇ ਅਪਰਾਧਿਕ ਕਾਂਡ ਹੋ ਰਹੇ ਨੇ ਜੜੀਆਂ ਧਰਮ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਉਹ ਰੁਕਣਗੀਆਂ ਇਸ ਤੋਂ ਬਿਕਾਰ ਰੁਕ ਹੀ ਨਹੀਂ ਜਿਸəkਦੀਆਂ ਮੈਂ ਬਾਰ-ਬਾਰ ਇਸ ਚੀਜ਼ ਤੇ ਪਿੰਪੁਆਇੰਟ ਕਰ ਰਿਹਾ ਮੈਂ ਤੁਹਾਨੂੰ ਰੋਗ ਦੱਸ ਕੇ ਨਵਜ ਪੜ ਕੇ ਰੋਗ ਦੱਸ ਕੇ ਡਾਇਗਨੋਸ ਕਰਕੇ ਦੇ ਰਿਹਾ ਕਿ ਭਈ ਪ੍ਰੋਬਲਮ ਇੱਥੇ ਜੇ ਹੋਰ ਤੁਸੀਂ ਉਸੇ ਚੀਜ਼ ਨੂੰ ਛੱਡੀ ਜਾ ਰਹੇ ਹੋ ਅਕਾਲ ਤਖਤ ਸਾਹਿਬ ਨੇ ਵੀ ਉਸੇ ਚੀਜ਼ ਨੂੰ ਛੱਡਿਆ ਐਸਜੀਪੀਸੀ ਨੇ ਵੀ ਉਸ ਚੀਜ਼ ਨੂੰ ਛੱਡਿਆ ਧਰਮ ਪ੍ਰਚਾਰ ਕਮੇਟੀ ਨੇ ਵੀ ਛੱਡ ਦਿੱਤਾ ਸਿੱਖ ਸੰਸਥਾਵਾਂ ਨੇ ਵੀ ਛੱਡ ਦਿੱਤਾ ਅਕਾਲੀ ਦਲਾਂ ਨੇ ਵੀ ਛੱਡ ਦਿੱਤਾ ਪੰਥਕੀ ਰਾਣਾਂ ਨੇ ਵੀ ਛੱਡ ਦਿੱਤਾ ਪ੍ਰਚਾਰਕਾਰ ਆਗੀਆਂ ਟਾਡੀਆਂ ਸਭ ਨੇ ਛੱਡ ਦਿੱਤਾ ਈਵਨ ਪੁਲਿਸ ਤੇ ਪ੍ਰਸ਼ਾਸਨ ਤੇ ਸ਼ਾਸਨ ਨੇ ਵੀ ਛੱਡ ਦਿੱਤਾ ਇਸ ਤੋਂ ਪਿੱਛੇ ਫਿਰ ਇੱਕ ਡੀਪ ਸਟੇਟ ਹੈ ਜੋ ਸਕੂਲਿੰਗ ਕਰਕੇ ਸਿੱਖਾਂ ਵਿੱਚ ਹੀ ਸਿੱਖਾਂ ਦੇ ਖਿਲਾਫ ਸਾਬਤ ਸੂਰਤ ਤੇ ਅਮਰਤਾਰੀ ਬੰਦੇ ਹੁਣ ਤਿਆਰ ਕਰ ਰਹੀ ਹੈ ਤੇ ਅਗਲੀ ਪੌੜੀ ਜੇ ਨਬਾਲਕ ਮੇਰੀ ਬੇੰਤੀ ਨੂੰ ਸਵਕਾਰ ਕਰ ਲੋ ਆਪੋ ਆਪਣੇ ਟੱਬਰ ਸੰਭਾਲਨੇ ਸ਼ੁਰੂ ਕਰ ਦੋ ਆਪਣੇ ਆਪਣੇ ਬੱਚਿਆਂ ਨੂੰ ਸਮਾਂ ਦੇਣਾ ਸ਼ੁਰੂ ਕਰ ਦੋ ਆਪਣੇ ਆਪਣੇ ਬੱਚਿਆਂ ਨੂੰ ਪੰਜਾਬ ਪੰਜਾਬੀ ਪੰਜਾਬੀਅਤ ਤੋਂ ਦੂਰ ਲੈ ਜਾਓ ਬਾਹਰ ਕੱਢੋ ਸਸੀਪੁੰਨੂ ਦੇ ਕੰਜਰਖਾਨੇ ਚੋਂ ਬਾਹਰ ਕੱਢੋ ਗੁਰਮੁਖੀ ਨਾਲ ਗੁਰਨਾਣਕ ਨੇ ਜੋੜਿਆ ਸੀ ਗੁਰਮੁਖੀ ਗੁਰਮਤ ਅਤੇ ਗੁਰੂ ਨਾਲ ਜੋੜੋ ਨਾਨਕ ਸ਼ਹੀ ਪ੍ਰਣਾਲੀ ਇਹ ਹੀ ਕਹਨ ਦੀ ਜੇ ਗੁਰੂ ਗੁਰਮੁਖੀ ਤੇ ਗੁਰਮਤ ਨਾਲ ਜੁੜਿਆ ਜਾ ਮਨੁੱਖ ਕਦੇ ਵੀ ਢਾਵਾਂ ਡੋਲ ਨਹੀਂ ਹੁੰਦਾ ਫੇਰ ਰਿਪੀਟ ਕਰ ਰਿਆਂ ਪੰਜਾਬ ਪੰਜਾਬੀ ਪੰਜਾਬੀਅਤ ਦੇ ਕੰਜਰ ਖਾਨੇ ਚੋ ਕੱਢੋ ਕੱਢਣਾ ਪੈਣਾ ਜੇ ਬੁੱਧੀਜੀਵੀਓ ਤੁਸੀਂ ਪਾਇਆ ਸਾਰੇ ਸਾਰੇ ਲੇਖਕਾਂ ਔਰ ਵਿਦਵਾਨਾਂ ਨੇ ਪਾਇਆ ਇਹ ਸਾਰੀਆਂ ਯੂਨੀਵਰਸਿਟੀਆਂ ਨੇ ਇਸਕਾ ਮਿਚ ਪਾਇਆ ਗੁਰੂ ਗੁਰਮੁਖੀ ਤੇ ਗੁਰਮਤ ਨਾਲ ਜੋੜੋ ਤੇ ਨਾਨਕ ਸ਼ਹੀ ਪ੍ਰਣਾਲੀ ਨਾਲ ਆਪਣੇ ਟੱਬਰ ਵਿੱਚ ਜੀਵਨ ਆਰੰਭ ਕਰੋ ਆਪਣੇ ਬੱਚਿਆਂ ਨਾਲ ਸਵੇਰ ਦਾ ਨਾਸ਼ਤਾ ਦੁਪਹਿਰ ਦੀ ਰੋਟੀ ਰਾਤ ਦੀ ਰੋਟੀ ਇੱਕ ਟੱਬਰ ਵਾਕਨ ਲੰਗਰ ਦੀ ਭਾਵਨਾ ਵਿੱਚ ਸਾਂਝੇ ਤੌਰ ਤੇ ਛਕਨੀ ਸ਼ੁਰੂ ਕਰੋ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰੋ ਇਹ ਟੈਲੀਫੋਨਾਂ ਨੂੰ ਤੇ ਮੋਬਾਈਲ ਨੂੰ ਤੇ ਸੋਸ਼ਲ ਮੀਡੀਆ ਨੂੰ ਛੱਡ ਦਿਓ ਜ਼ਿੰਦਗੀ ਵਿੱਚ ਕਟੋ-ਕਟ ਤੇ ਚਾਰ ਮੌਕਿਆਂ ਤੇ ਤੇ ਛੱਡ ਦਿਓ ਸਵੇਰ ਦੇ ਨਿਤਨੇਮ ਵੇਲੇ ਛੱਡ ਦਿਓ ਸਵੇਰ ਦੇ ਨਾਸ਼ਤੇ ਵੇਲੇ ਛੱਡ ਦਿਓ ਦੁਪਹਿਰ ਦੀ ਰੋਟੀ ਵੇਲੇ ਛੱਡ ਦਿਓ ਰਾਤ ਦੀ ਰੋਟੀ ਵੇਲੇ ਛੱਡ ਦਿਓ ਉਦੋਂ ਇੱਚ ਆਪਸ ਹੀ ਸਮਾਧ ਕਰੋ ਇੱਕ ਦੂਜੇ ਦੇ ਦੁੱਖ ਦਰਦ ਦੂਰ ਕਰੋ ਇੱਕ ਦੂਜੇ ਦੀ ਗੱਲ ਸੁਣ ਕੇ ਇੱਕ ਦੂਜੇ ਨੂੰ ਹੌਲਾ ਕਰੋ ਤੇ ਗੁਰੂ ਗੁਰਮਤ ਫੇਰ ਕਹਿ ਰਿਆਂ ਗੁਰੂ ਗੁਰਮੁਖੀ ਤੇ ਗੁਰਮਤ ਨਾਲ ਜੁੜੋ ਇਹ ਲਾਜ ਮੀਜੇ ਇਸ ਤੋਂ ਬਗਾਰ ਸਾਡਾ ਪਾਰ ਉਤਾਰਾ ਨਹੀਂ ਜੋ ਹੋ ਸਕਾ ਹੋ ਸਕਦਾ ਪੜੀਐ ਸੁਣੀਐ ਮਨ ਰਖੀਐ ਪਾਉ ਅਤੇ ਲਿਖ ਲਿਖਿਆ ਬਾਜੋ ਗਤ ਨਹੀਂ ਇਹ ਸਮਝ ਲੋ ਬੋਲ ਲੈ ਬੋਲਣ ਨਾਲ ਤਾਂ ਚੱਖਣ ਹੀ ਵੱਡਦਾ ਵੱਡਦਾ ਜੇ ਤੇ ਵੱਧਦਾ ਵੀ ਜੇ ਉਹੀ ਅਸੀਂ ਕਰ ਰਹੇ ਆ ਉਹੀ ਅਸੀਂ ਵੱਡ ਰਹੇ ਆ ਉਹੀ ਅਸੀਂ ਬੀਜ ਰਹੇ ਆ ਸੋਸ਼ਲ ਮੀਡੀਆ ਕੀ ਹੈ ਅੱਖਾਂ ਤੇ ਕੰਨਾਂ ਦਾ ਰਾਸੀ ਹੈ ਨਾ ਲਿਖਿਆ ਬਾਜੋ ਗਤ ਨਹੀਂ ਗੁਰਬਾਣੀ ਕਹਿੰਦੀ ਐ ਫੇਰ ਬੇਨਤੀ ਐ ਗੁਰੂ ਗੁਰਮੁਖੀ ਤੇ ਗੁਰਮਤ ਨਾਲ ਜੁੜੂ ਤਾਂ ਅਸੀਂ ਬਚ ਪਾਵਾਂਗੇ ਨਹੀਂ ਤੇ ਹੁਣ ਅਗਲੀ ਫੋਰਸ ਸਿੱਖਾ ਰਹੀ ਸਿੱਖਾਂ ਦਾ ਧਰਮ ਸਿੱਖ ਬੱਚਿਆਂ ਰਹੀ ਤਬਾਈ ਕਰਾਉਂਦੀ ਅਗਲੀ ਨਾਬਾਲਗਾਂ ਦੀ ਵਾਰੀ ਚ ਘਾਰ ਸੇਵਾ ਤੋਂ ਕੰਮ ਸ਼ੁਰੂ ਹੋਇਆ ਸੀ ਅਫੀਮ ਤੇ ਪਹੁੰਚ ਗਿਆ ਅਫੀਮ ਤੋਂ ਕੰਮ ਸ਼ੁਰੂ ਹੋਇਆ ਅਸੀਂ ਪੋਸਤ ਦੀਆਂ ਖੇਤੀਆਂ ਦੇ ਵਿਗਿਆਨੀ ਤੇ ਚਾਹਵਾਨ ਬਣ ਗਏ ਪੋਸਤ ਦੀਆਂ ਖੇਤੀਆਂ ਤੋਂ ਬਾਅਦ ਅਸੀਂ ਕਹਿਣ ਲੱਗ ਗਏ ਆ ਕਿ ਹਾਂਗਕਾਂਗ ਵਰਗੀ ਆਰਥਕਤਾ ਚਾਹੀਦੀ ਹੈ ਮਤਲਬ ਵੇਸ਼ਵਵਰਤੀ ਦਈ ਖੁੱਲੀ ਛੂਟ ਵੀ ਚਾਹੀਦੀ ਹੈ ਉਹਨ ਸ਼ਰਾਬੀਆਂ ਕਬਾਬੀਆਂ ਤੇ ਪੋਸਤ ਪੀਣ ਵਾਲਿਆਂ ਨੂੰ ਅਫਗਾਨਿਸਤਾਨ ਵੀ ਪੰਜਾਬ ਚਾਹੀਦਾ ਹਾਂਗਕਾਂਗ ਵੀ ਪੰਜਾਬ ਚਾਹੀਦਾ ਜਿੱਥੇ ਖੁੱਲੀ ਵੇਸ਼ਵਵਰਤੀ ਹੈ ਤੇ ਆਰਥਕਤਾ ਹੀ ਉਸ ਦੀ ਵੇਸ਼ਵਵਰਤੀ ਨਾਲ ਚੱਲਦੀ ਹੈ ਇਹ ਮਨੋਵਿਰਤੀ ਸਾਡੇ ਵਿਦਵਾਨਾਂ ਨੇ ਸਾਨੂੰ ਦਿੱਤੀ ਏ ਇਸ ਲਈ ਇਹ ਵਿਦਵਾਨ ਵੀ ਦੋਸ਼ੀ ਨੇ ਫੇਰ ਬੇਨਤੀ ਕਰਦਾ ਕਿ ਆਪਣੇ ਬੱਚਿਆਂ ਨੂੰ ਸੰਭਾਲ ਲਓ ਕਸੂਰ ਪਰਿਵਾਰ ਦੀ ਇਕਾਈ ਚ ਆਪੋ ਆਪਣਾ ਕਸੂਰ ਆਪ ਸਵਕਾਰ ਕਰੋ ਸੰਸਥਾਵਾਂ ਤੇ ਐਸਜੀਪੀਸੀ ਤੇ ਅਕਾਲ ਤਖਤ ਤੇ ਸੁੱਟਣਾ ਤੇ ਪਾਉਣਾ ਬੰਦ ਕਰ ਦਿਓ ਆਪਣੀ ਪੰਡ ਆਪਣੇ ਸਿਰ ਤੇ ਚੁੱਕੋ ਜਨਿਆਣੇ ਜੰਮੇ ਨੇ ਤੇ ਉਹਨਾਂ ਦਾ ਪਾਲਣ ਪੋਸ਼ਣ ਵੀ ਸਹੀ ਕਰੋ ਜਾਨਵਰਾਂ ਕੰਨਾ ਛੱਡ ਦਿਓ कि ਉਹਨਾਂ ਨੂੰ ਖਰਾਕ ਦੇਤੀ ਪੈਸਾ ਦੇਤਾ ਤੇ ਦੁੱਧ ਚੋ ਲਿਆ ਜਮਾਨਾ ਨਹੀਂ ਜਰਿਆ ਹੁਣ ਬੱਚਿਆਂ ਦਾ ਗੁਜ਼ਾਰਾ ਨਹੀਂ ਜੇ ਹੈਗਾ ਤੇ ਆਪਣੀ ਬੱਚਿਆਂ ਦੀ ਪਾਲਣ ਪੋਸ਼ਣ ਦੀ ਜ਼ਿੰਮੇਵਾਰੀ ਦੇ ਪੰਡ ਆਪ ਚੁੱਕ ਲਓ ਪੰਜਾਬ ਪੰਜਾਬੀ ਪੰਜਾਬੀਅਤ ਤੋਂ ਬਾਹਰ ਕੱਢੋ ਹੀ ਰਾਂਝੇ ਸਸੀ ਪੁੰਨੂ ਦੀ ਕੰਜਰਖਾਨੇ ਚੋਂ ਬਾਹਰ ਲਿਆਓ ਤਾਂ ਹੀ ਸ਼ਰਾਬੀ ਕਬਾਬੀ ਅਤੇ ਅਯਾਸ਼ ਤੇ ਵੇਸ਼ਵਾ ਵਰਤ ਸਮਾਜ ਸੁਧਰੇਗਾ ਜੇ ਇਹਨੂੰ ਗੁਰੂ ਨਾਨਕ ਨੇ ਸੁਧਾਰਿਆ ਸੀ ਇੰਨਾ ਕਮਜ਼ੋਰੀਆਂ ਕਰਕੇ ਹੀ ਸਿੱਖਾਂ ਦੇ ਘਰਾਂ ਵਿੱਚ ਤੇ ਗੁਰਦੁਆਰਿਆਂ ਵਿੱਚ ਪ੍ਰੋਬਲਮ ਖੜੀ ਹੋ ਗਈ ਹੈ ਇਸ ਨੂੰ ਦੂਰ ਕਰਨ ਦਾ ਪਹਿਲੀ ਪੌੜੀ ਜੇ ਗੁਰੂ ਗੁਰਮੁਖੀ ਤੇ ਗੁਰਮਤ ਨਾਲ ਜੁੜੋ ਨਾਨਕ ਸ਼ਹੀ ਪ੍ਰਣਾਲੀ ਨਾਲ ਜੁੜੋ ਬੇਂਤੀਆਂ ਪ੍ਰਮਾਨ ਕਰਿਆ ਜੇ ਅਖੀਰ ਵਿੱਚ ਫੇਰ ਕਹਿ ਰਿਹਾ ਜਿਹੜੀ ਮਰੀ ਐ ਕਿਸੇ ਦੀ ਉਹਦੇ ਨਾਲ ਕੋਈ ਹਮਦਰਦੀ ਨਹੀਂ ਐ ਪੰਜਾਬ ਪੁਲਿਸ ਨੂੰ ਨਿਰਮਲ ਸਿੰਘ ਦੇ ਖਿਲਾਫ 302 ਔਰ 307 ਦੇ ਪਰਚੇ ਰੱਦ ਕਰਨੇ ਚਾਹੀਦੇ ਨੇ ਉਹ ਆਵੇਸ਼ ਹੀ ਚਾਇਆ ਤੇ ਉਹਨੇ ਆਪਣੇ ਧਾਰਮਿਕ ਭਾਵਨਾਵਾਂ ਦੇ ਅਧੀਨ ਜੋ ਉਸ ਦੀਆਂ ਧਾਰਮਿਕ ਮर्याਦਾਵਾਂ ਤੇ ਇਤਿਹਾਸ ਨੇ ਉਹਨੂੰ ਸਿਖਾਇਆ ਉਹਨੇ ਉਹ ਕਾਰਾ ਕਰ ਲਿਆ ਉਸ ਕਾਰੇ ਵਿੱਚ ਉਹ ਸੁੱਖਾ ਸਿੰਘ ਮਹਤਾਬ ਸਿੰਘ ਵਾਕਨ ਜੀ ਹੰ ਦਾ ਸ਼ਹੀਦ ਹੈ ਕੋਮ ਉਸਦੀ ਬਾਹ ਫੜੇ ਉਸਦੇ ਟੱਬਰ ਦੀ ਬਾਹ ਫੜੇ ਸੰਸਥਾਵਾਂ ਉਸਦੀ ਬਾਹ ਫੜਨ ਉਸਦੇ ਟੱਬਰ ਦੀਆਂ ਬਾਹਾਂ ਫੜਨ ਅਤੇ ਮੁਜਾਰੇ ਕਰਨ ਉਹਨੂੰ ਰਿਹਾ ਕੀਤਾ ਜਾਏ ਤੇ ਉਸਦੀ ਜ਼ਮਾਨਤ ਹੋਵੇ ਐਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਆ ਜਾਏ ਤੇ ਇੱਥੇ ਆ ਕੇ ਹੁਣ ਸਿੱਖ ਆਗੂਆਂ ਦਾ ਵੀ ਇਮਤਿਹਾਨ ਜੇ ਸਿੱਖ ਸੰਸਥਾਵਾਂ ਦਾ ਵੀ ਇਮਤਿਹਾਨ ਹੈ ਤੇ ਸਮੂਹ ਨਾਨਕ ਨਾਮਲੇ ਵੀ ਸੰਗਤ ਦਾ ਵੀ ਇਮਤਿਹਾਨ ਹੈ ਇਸ ਇਮਤਿਹਾਨ ਵਿੱਚੋਂ ਪਾਸ ਹੋ ਕੇ ਦਿਖਾਓ ਵਾਹਿਗੁਰੂ ਜੀ ਕਾ ਖਾਲਸਾ